ਪਰਮ ਸਤਿਕਾਰ ਯੋਗ ਸਰਬੱਤ ਸੰਗਤਾਂ ਇਲਾਕਾ ਨਿਵਾਸੀ ਨਗਰ ਨਿਵਾਸੀ ਜੋ ਕੁਝ ਦਿਨਾਂ ਤੋਂ ਸ੍ਰੀ ਸੰਪਟ ਅਖੰਡ ਪਾਠ ਆਰੰਭ ਕਰਾ ਕੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਧੰਨ ਧੰਨ ਬਾਬਾ ਭਜਨ ਸਿੰਘ ਜੀ ਜਿਨ੍ਹਾਂ ਨੂੰ ਨਾਨਕਸਰ ਵੱਡੇ ਭਜਨ ਕਰਕੇ ਸਤਿਕਾਰਿਆ ਜਾਂਦਾ ਹੈ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਹੋ ਕਰਕੇ ਸਮਾਗਮ ਆਪਾਂ ਆਰੰਭ ਕਰਾਇਆ ਸੀ ਜਿਸਦੇ ਅੱਜ ਭੋਗ ਪਏ ਹਨ ਉਪਰੰਤ ਗੁਰੂ ਕੀ ਹਜ਼ੂਰੀ ਵਿੱਚ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾ ਕੇ ਕਥਾ ਕੀਰਤਨ ਰਾਗੀ ਢਾਡੀ ਕਵੀਸ਼ਰ ਆਦਿ ਸਰਬੱਤ ਸੰਗਤਾਂ ਨੂੰ ਆਪੋ ਆਪਣੇ ਵਿਚਾਰ ਸੁਣਾ ਕੇ ਨਿਹਾਲ ਕਰਨਾ ਹੈ। ਸਤਿਗੁਰੂ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਧਰਮ ਨੂੰ ਜੰਮਣ ਤੋਂ ਲੈ ਕੇ ਮਰਨ ਤੱਕ ਹਰ ਸੰਸਕਾਰ ਦੀ ਸੋਝੀ ਦਿੱਤੀ ਹੈ। ਉਸ ਗ੍ਰੰਥ ਦਾ ਨਾਂ ਹੈ ਖਾਲਸਾ ਧਰਮ ਸ਼ਾਸਤਰ ਵਿਜੇ ਮੁਕਤ, ਜਿਸਦੇ ਅੰਦਰ ਜਨਮ ਤੋਂ ਲੈ ਕੇ ਮਰਨ ਤੱਕ ਹਰ ਇੱਕ ਸੰਸਕਾਰ ਦੀ ਵਿਧੀ ਦਿੱਤੀ ਹੈ ਅਤੇ ਜੂਨਾਂ ਦਾ ਵੀ ਵਿਸਥਾਰ ਕੀਤਾ। ਇੱਕ ਮੁਕਤੀ ਮਾਰਗ ਗ੍ਰੰਥ ਹੈ ਜਿਸਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਿਜ ਪਾਠ, ਅਖੰਡ ਪਾਠ, ਸਪਤਾਹ ਅਖੰਡ ਪਾਠ, ਸੰਪਟ ਅਖੰਡ ਪਾਠ, ਤੁਕ ਤੁਕੀ ਸੰਪਟ ਪਾਠ, ਉਹਦੇ ਅਸਤ ਅਖੰਡ ਪਾਠ ਸਾਰਿਆਂ ਦੀ ਵਿਧੀ ਦਿੱਤੀ ਹੈ। ਪਰ ਕਾਰਨ ਕੀ ਹੈ ਕਿ ਇਹ ਗ੍ਰੰਥ ਅੱਜ ਕੱਲ੍ਹ ਆਮ ਮਿਲਦੇ ਨਹੀਂ। ਸਾਡੇ ਕਈ ਲੋਕ ਕਹਿੰਦੇ ਆ ਕਿ ਨਾਨਕਸਰੀਆਂ ਨੇ ਨਵੀਂ ਰੀਤ ਤੋਰੀ ਹੋਈ ਹੈ ਕਿ ਸੰਪਟ ਪਾਠ ਦੀ, ਨਾਨਕਸਰ ਵਾਲਿਆਂ ਨੇ ਨਹੀਂ ਤੋਰੀ। ਇਹ ਭਾਈ ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਪਾਸ ਬੇਨਤੀ ਕਰਕੇ ਸਾਰੀ ਮਰਯਾਦਾ ਪੁੱਛੀ ਸੀ। ਜਿਵੇਂ ਜਿਵੇਂ ਸਤਿਗੁਰੂ ਜੀ ਦੱਸਦੇ ਰਹੇ ਗਜ ਇਤਿਹਾਸ ਦੇ ਪੁਰਾਣੇ ਗ੍ਰੰਥ ਉਦਾਸੀ ਜਾਂ ਨਿਰਮਲਿਆਂ ਦੇ ਪਾਸ ਹਨ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਜੰਗ ਯੁੱਧ ਲੜਨ ਦੇ ਦੌਰਾਨ ਗੁਰਦੁਆਰਿਆਂ ਦੀ ਸੇਵਾ ਉਦਾਸੀਆਂ ਜਾਂ ਨਿਰਮਲਿਆਂ ਦੇ ਪਾਸ ਸੀ। ਅੱਜ ਵੀ ਜੋ ਪੁਰਾਤਨ ਲਿਖਤ ਦਾ ਗ੍ਰੰਥ ਮਿਲੂਗਾ ਉਹਨਾਂ ਦੇ ਪਾਸ ਹੀ ਮਿਲੂਗਾ। 1920 ਦੇ ਵਿੱਚ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਹੈ। ਉਦੋਂ ਪਹਿਲਾਂ ਜੋ ਪ੍ਰਬੰਧ ਸੀ ਸੰਤਾਂ ਮਹਾਂਪੁਰਖਾਂ ਮਹਾਤਮਾ ਮਹੰਤਾਂ ਦੇ ਨਾਂ ਤੇ ਸੀ। ਜਿਸ ਤਰ੍ਹਾਂ ਆਪਾਂ ਮਸੰਦਾਂ ਦੀ ਗਿਣਤੀ ਕਰਦੇ ਹਾਂ, ਮਸੰਦ ਨਾਮ ਉਸ ਵੇਲੇ ਇੱਕ ਬਹੁਤ ਵੱਡੇ ਜਥੇਦਾਰ ਮਹੰਤ ਦੀ ਡਿਗਰੀ ਦਿੱਤੀ ਜਾਂਦੀ ਸੀ, ਜਿਸ ਨੂੰ ਇਲਾਕੇ ਦੇ ਵਿੱਚ ਜਥੇਦਾਰ ਵਜੋਂ ਮਹੰਤ ਮਗਰੋਂ ਮਸੰਦ ਜਥੇਦਾਰ ਵਜੋਂ ਜਾਣਿਆ ਜਾਂਦਾ ਸੀ। ਉਹ ਇਲਾਕੇ ਦਾ ਜੋ ਕਾਰ ਸੇਵਾ ਹੁੰਦੀ ਸੀ, ਦਸਵੰਦ ਦੀ ਪੇਠਾ ਇਕੱਠੀ ਕਰਕੇ ਉਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚਾਉਂਦੇ ਸਨ। ਇਹ ਛੇਵੇਂ ਪਾਤਸ਼ਾਹ ਵੇਲੇ ਵੀ ਚੱਲਦਾ ਰਿਹਾ, ਦਸਵੇਂ ਪਾਤਸ਼ਾਹ ਤੱਕ ਚੱਲਦਾ ਰਿਹਾ। ਜਦੋਂ ਉਹਨਾਂ ਦੀਆਂ ਕ੍ਰਿਤੀਆਂ ਮਾੜੀਆਂ ਹੋ ਗਈਆਂ, ਚਾਲ ਚੱਲਣ ਮਾੜਾ ਹੋ ਗਿਆ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀ ਅਨੰਦਪੁਰ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਜਿੱਥੇ ਹੈ ਗੁਰੂ ਤੇਗ ਬਹਾਦਰ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਉੱਥੇ ਇੱਕ ਖੂਹ ਵੀ ਹੈ ਪੁਰਾਤਨ। ਹੁਣ ਤਾਂ ਕਮੇਟੀ ਨੇ ਛੱਤ ਪਾ ਦਿੱਤੀ ਹੈ, ਪਹਿਲਾਂ ਛੱਤ ਨਹੀਂ ਪਾਈ ਹੁੰਦੀ ਸੀ। ਉਸ ਖੂਹ ਦੇ ਪਾਣੀ ਦਾ ਰੰਗ ਮਿੱਟੀ ਦੇ ਤੇਲ ਵਰਗਾ ਹੈ। ਭੰਡਾ ਮਰਾਸੀਆਂ ਨੇ ਨਕਲ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਦੱਸਿਆ ਕਿ ਸੱਚੇ ਪਾਤਸ਼ਾਹ ਜਿਹੜੇ ਤੇਰੇ ਅਗਵਾਈ ਕਰਨ ਵਾਲੇ ਜਥੇਦਾਰ ਸੰਤ ਮਹੰਤ ਮਸੰਦ ਅਗਵਾਈ ਕਰਦੇ ਸੰਗਤ ਦੀ, ਇਹ ਤੇਰੇ ਸਿੱਖਾਂ ਸੇਵਕਾਂ ਨੂੰ ਘਰ ਜਾ ਕੇ ਐਂ ਤੰਗ ਕਰਦੇ ਆ, ਵੱਧ ਫੈਲੀਆਂ ਕਰਦੇ ਆ। ਗੁਰੂ ਗੋਬਿੰਦ ਸਿੰਘ ਦੇ ਅੱਖਾਂ ਵਿੱਚੋਂ ਨੀਰ ਚੱਲ ਪਿਆ ਵੀ ਉਹ ਤਨ ਮਨ ਧਨ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦੇ ਆ, ਇਹ ਉਹਨਾਂ ਨੂੰ ਦੁਖੀ ਕਰਦੇ ਆ। ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਸਾਰੇ ਸੰਤਾਂ ਮਹੰਤਾਂ ਦਾ ਇਕੱਠ ਬਣਾ ਕੇ ਉੱਥੇ ਆਪਦੇ ਹੱਥੀ ਤੇਲ ਦੇ ਵਿੱਚ ਉਹਨਾਂ ਨੂੰ ਸਾੜਿਆ ਸੀ। ਜੇ ਤੇਲ ਮੁੱਕਿਆ ਤਾਂ ਉਸ ਖੂਹ ਦੇ ਵਿੱਚੋਂ ਸਤਿਗੁਰੂ ਜੀ ਨੇ ਕਿਹਾ ਭਾਈ ਇਹ ਤੇ ਪਾਣੀ ਨਹੀਂ, ਇਹ ਤੇਲ ਹੀ ਹੈ, ਲੈ ਆਓ। ਉਹ ਪਾ ਕੇ ਵੀ ਸਾੜਿਆ ਗਿਆ ਸੀ। ਕੁਛ ਜੋ ਬਚੇ ਉਹਨਾਂ ਨੇ ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਰੋ ਪਿੱਟ ਕੇ ਬੇਨਤੀ ਕੀਤੀ ਕਿ ਸਾਨੂੰ ਬਖਸ਼ਾ ਦਿਓ, ਅੱਗੇ ਵਾਸਤੇ ਅਸੀਂ ਐਸੀ ਗਲਤੀ ਨਹੀਂ ਕਰਾਂਗੇ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਮਾਤਾ ਜੀ ਅਸੀਂ ਇਹਨਾਂ ਦੀ ਬੰਸ ਖਤਮ ਕਰਨੇ ਚਾਹੁੰਦੇ ਹਾਂ, ਗਾਂ ਸਿੱਖ ਪੰਥ ਵਿੱਚ ਇਹ ਦੁਖਾਂਤ ਪੈਦਾ ਨਾ ਹੋਵੇ। ਉਹ ਬਚ ਕੇ ਦੁਆਰਾ ਜਨਮ ਲੈ ਕੇ ਸਿੱਖਾਂ 'ਚ ਅੱਜ ਵੀ ਗੁਰਦੁਆਰਿਆਂ 'ਚ ਉਹੀ ਕ੍ਰਿਤੀਆਂ ਚੱਲਦੀਆਂ ਪਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਛ ਦਸਤਾਨ, ਕਿਉਂਕਿ ਸਮਾਂ ਥੋੜ੍ਹਾ, ਮੈਂ ਬਹੁਤਾ ਦਸਤਾਨ ਵਿੱਚ ਆਪ ਜੀ ਨਾਲ ਨਹੀਂ ਵਿਚਾਰ ਕਰਦਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਸਿੱਖ ਹੋ ਕੇ ਕਲਫ ਲਾਵੇ, ਇਹ ਖਾਲਸਾ ਧਰਮ ਸ਼ਾਸਤਰ ਦੀ ਲੇਖ ਹੈ। ਉਸ ਨੂੰ 100 ਜਨਮ ਰਿੱਛ ਦਾ ਧਾਰਨ ਕਰਨਾ ਪਵੇਗਾ। ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਆਦਬ ਸਤਿਕਾਰ ਨਾ ਰੱਖੇ, ਫੜਕ ਦੇਣੇ ਕੋਲ ਦੀ ਲੰਘ ਜਾਵੇ, ਸੀਸ ਨਾ ਝੁਕਾਵੇ, ਉਸਨੂੰ 100 ਜਨਮ ਮੱਖੀ ਦਾ ਧਾਰਨ ਕਰਨਾ ਪਵੇਗਾ। ਇਸ ਤਰ੍ਹਾਂ ਜੂਨੀਆਂ ਦਾ ਵਿਸਤਾਰ ਕ੍ਰਿਸ਼ਨ ਭਗਵਾਨ ਨੇ ਗਰਭ ਗੀਤਾ ਅੰਦਰ ਦਿੱਤਾ, ਗੁਰੂ ਗੋਬਿੰਦ ਸਿੰਘ ਨੇ ਖਾਲਸਾ ਧਰਮ ਸ਼ਾਸਤਰ ਅੰਦਰ ਦਿੱਤਾ, ਅਤੇ ਸਤਿਗੁਰੂ ਜੀ ਨੇ ਉਸ ਮੁਕਤੀ ਮਾਰਗ ਗ੍ਰੰਥ ਅੰਦਰ ਜਿੱਥੇ ਪਾਠਾਂ ਦੀ ਵਿਧੀ ਦਿੱਤੀ ਹੈ, 29 ਚੀਜ਼ਾਂ ਧੂਫ ਦੀਆਂ ਸਮੱਗਰੀ ਦੀਆਂ ਵੀ ਲਿਖੀਆਂ, 33 ਚੀਜ਼ਾਂ, ਕੁੱਲ 33 ਕਰੋੜ ਦੇਵਤੇ ਦੀ ਧੂਫ ਦੀ ਸਮੱਗਰੀ ਵਿੱਚ ਪਿਆ ਜਾਂਦਾ। ਜਿੱਥੇ ਸਾਡਾ ਹਰਿਮੰਦਰ ਸਾਹਿਬ ਬਣਿਆ ਇੱਥੇ ਰਾਜਾ ਇੱਕ ਵਾਦ ਹੋਇਆ, ਜੋ ਰਾਮ ਚੰਦਰ ਦੀ ਬੰਸਾਵਲੀ ਵਿੱਚੋਂ ਵੱਡ ਵਡੇਰਾ ਸੀ। ਜਿੰਨਾ ਥਾਂ ਹਰਿਮੰਦਰ ਸਾਹਿਬ ਦਾ ਬਣਿਆ ਹੋਇਆ ਇੰਨਾ ਥਾਂ ਉਸਨੇ ਹਮਨ ਕੁੰਡ ਵਾਸਤੇ ਪੱਟਿਆ। ਇਹ ਬਚਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਵਸਾਉਣ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਤੋਂ ਜਦੋਂ ਤੋਰਿਆ ਉਸ ਵੇਲੇ ਕਹੇ ਸਨ। ਉੱਥੇ ਜੱਗ ਹੋਇਆ, ਤਿੰਨਾਂ ਯੁੱਗਾਂ ਦੇ ਅਵਤਾਰ ਉੱਥੇ ਆਏ ਸਨ। ਧੰਨ ਗੁਰੂ ਨਾਨਕ ਸਾਹਿਬ ਕਲਯੁੱਗ ਦੇ ਅਵਤਾਰ ਬਾਅਦ ਵਿੱਚ ਗਏ ਆ। ਉਸ ਰਾਜੇ ਇੱਕ ਵਾਦ ਨੇ 33 ਕਰੋੜ ਦੇਵਤੇ ਨੂੰ ਸੱਦਿਆ ਸੀ। ਕਿਉਂਕਿ ਪੁਰਾਤਨ ਯੁੱਗਾਂ ਦੇ ਅਨੁਸਾਰ 5 ਪ੍ਰਕਾਰ ਦੀ ਲੱਕੜ ਜਿਹੜੀ ਹੈ ਸਮੱਗਰੀ 'ਚ ਵਰਤੀ ਜਾਂਦੀ ਹੈ। ਪਹਿਲਾ ਨੰਬਰ ਚੰਦਨ ਦਾ ਹੈ, ਦੂਜਾ ਨੰਬਰ ਬੇਰੀ ਦਾ ਹੈ। ਆਮ ਜ਼ਿਆਦਾ 2 ਪ੍ਰਕਾਰ ਦੀ ਵਰਤਦੇ ਆ। ਪਰ ਮਹਾਂਪੁਰ ਕਹਿੰਦੇ ਜੇ ਨਾ ਮਿਲੇ ਤਾਂ 3 ਨੰਬਰ ਪਿੱਪਲ ਦਾ ਹੈ, 4 ਬਿੱਲ ਦਾ ਅਤੇ 5 ਅੰਬ ਦਾ। ਇਹ ਹਮਨ ਸਮੱਗਰੀ ਵਿੱਚ ਵਰਤਿਆ ਜਾਂਦਾ। ਜਿਵੇਂ ਸ਼ਬਦ ਦੀ ਸਮਾਪਤੀ ਹੁੰਦੀ ਸੀ ਧੂਫ ਪਾਈ ਜਾਂਦੀ ਸੀ, ਦੂਜੇ ਵੇਰੇ ਘਿਓ ਦਾ ਹੁਤੀ ਨਾਲ ਪਾਈ ਜਾਂਦੀ ਸੀ, ਇਸ ਤਰ੍ਹਾਂ ਹਮਨ ਹੁੰਦਾ ਸੀ। ਪਹਿਲਾਂ ਸਾਡੇ ਵੀ ਧੂਫ ਬਣਦੀ ਸੀ, ਜੋਤ ਜਗਦੀ ਸੀ, ਕਿਉਂਕਿ ਬਾਣੀ 'ਚ ਸਤਿਗੁਰੂ ਜੀ ਨੇ ਤਿੱਤ ਘੇ ਹੋਮ ਜਗ ਸਦ ਪੂਜਾ ਪਿਆ ਕਾਰਜ ਸੋ ਹੈ। ਇਹ ਸਮੱਗਰੀ ਵਾਯੂ ਮੰਡਲ ਨੂੰ ਸ਼ੁੱਧ ਕਰਨ ਵਾਸਤੇ
ਦੁਸ਼ਟਾਂ ਨੂੰ ਦੂਰ ਕਰਨ ਵਾਸਤੇ, ਦੇਵਤਿਆਂ ਨੂੰ ਸੱਦਣ ਵਾਸਤੇ, ਨਿਵਾਸ ਕਰਨ ਵਾਸਤੇ ਵਰਤੀ ਜਾਂਦੀ ਸੀ। ਤਾਂ ਉਸ ਵੇਲੇ ਜੱਗ ਸੰਪੂਰਨ ਹੋਇਆ, ਦੇਵਤਿਆਂ ਨੇ ਰਾਜੇ ਇਕਵਾਦ ਨੂੰ ਪੁੱਛਿਆ, ਦੱਸ ਭਾਈ ਤੇਰੀ ਕੀ ਸੰਕਲਪ ਹੈ, ਕੀ ਫੁਰਨਾ ਹੈ, ਅਸੀਂ ਤੇਰੀ ਅਰਦਾਸ ਕਰੀਏ। ਉਸ ਰਾਜੇ ਇਕਵਾਦ ਨੇ ਕਿਹਾ, ਜੀ ਪਰਮੇਸ਼ਰ ਨੇ ਮੈਨੂੰ ਰਾਜ ਭਾਗ ਬਖਸ਼ਿਆ, ਮੈਨੂੰ ਕੋਈ ਫੁਰਨਾ ਨਹੀਂ, ਕੋਈ ਇੱਛਾ ਨਹੀਂ, ਇਸ ਤੋਂ ਵੱਧ ਮੈਂ ਪਰਮੇਸ਼ਰ ਤੋਂ ਕੀ ਮੰਗਾਂ। ਦੂਸਰੀ ਵਾਰੀ ਫਿਰ ਬੇਨਤੀ ਕੀਤੀ ਗਈ, ਉਸਨੇ ਕਿਹਾ ਨਹੀਂ। ਤੀਜੀ ਵਾਰੀ ਜਦੋਂ ਦੇਵਤਿਆਂ ਨੇ ਫਿਰ ਕਿਹਾ, ਕੁਛ ਤਾਂ ਤੈਨੂੰ ਮੰਗਣਾ ਪਊਗਾ, ਉਸ ਵੇਲੇ ਰਾਜੇ ਇਕਵਾਦ ਨੇ ਫਿਰ ਇਹ ਬੇਨਤੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕੀਤੀ, ਕਿਉਂਕਿ ਮੰਗਣ ਦਾ ਵੀ ਕੋਈ ਢੰਗ ਹੁੰਦਾ। ਨਿਮਰਤਾ ਦੇ ਨਾਲ ਹੱਥ ਜੋੜ ਕੇ ਸੀਸ ਨਵਾ ਕੇ ਗਲ ਵਿੱਚ ਪੱਲਾ ਪਾਇਆ ਹੋਇਆ ਤੇ ਰਾਜਾ ਇੱਕ ਆਵਾਜ਼ ਇਹ ਕਹਿ ਰਿਹਾ ਕਿ ਜੇ ਤੁਸੀਂ ਮੇਰੇ ਉੱਪਰ ਪ੍ਰਸੰਨ ਹੈ ਤਾਂ ਇੱਕ ਕਿਰਪਾ ਕਰ ਦਿਓ, ਇਸ ਧਰਤੀ ਤੇ ਹਰੀ ਦਾ ਮੰਦਰ ਬਣਾ ਦਿਓ। 24 ਘੰਟੇ ਵਿਸ਼ਨੂੰ ਭਗਵਾਨ ਦਾ ਇੱਥੇ ਨਿਵਾਸ ਹੋਵੇ, 33 ਕਰੋੜ ਦੇਵਤੇ ਦਾ ਵਾਸ ਹੋਵੇ, ਕਿੱਡਾ ਵੀ ਦੁਖੀ ਤੋਂ ਦੁਖੀ ਜੀਵ ਆਵੇ ਜਦੋਂ ਹਰੀ ਮੰਦਰ ਦੇ ਵਿੱਚ ਆ ਕੇ ਸੇਵਾ ਕਰੇ, ਦਰਸ਼ਨ ਕਰੇ, ਕਥਾ ਕੀਰਤਨ ਸੁਣਨ ਵਾਸਤੇ 10 ਮਿੰਟ ਬਹਿ ਜਾਵੇ, ਉਹਨੂੰ ਸ਼ਾਂਤੀ ਪ੍ਰਦਾਨ ਹੋਵੇ, ਮੁਕਤੀ ਮਿਲੇ, ਉਹਨੂੰ ਸਦ ਬਦ ਭੁੱਲ ਜਾਵੇ। ਇਹ ਮੰਗ ਸੁਣ ਕੇ 33 ਕਰੋੜ ਦੇਵਤੇ ਨੇ ਸਿਰ ਝੁਕਾ ਦਿੱਤਾ ਵੀ ਅਸੀਂ ਦੇ ਨਹੀਂ ਸਕਦੇ, ਇਹ ਤੇਰੀ ਅਰਦਾਸ ਵਿਸ਼ਨੂੰ ਭਗਵਾਨ ਹੀ ਸੰਪੂਰਨ ਕਰ ਸਕਦੇ ਆ, ਕਿਉਂਕਿ ਸਤਿਯੁਗ ਦੇ ਅਵਤਾਰ ਹੈ। ਜਦੋਂ ਵਿਸ਼ਨੂੰ ਭਗਵਾਨ ਨੂੰ 33 ਕਰੋੜ ਦੇਵਤੇ ਨੇ ਦੁਆਰਾ ਬੇਨਤੀ ਕੀਤੀ ਤਾਂ ਸਰਬ ਸੰਗਤ ਦੇ ਕਲਿਆਣ ਹਿੱਤ ਇਹ ਬੇਨਤੀ ਸੁਣ ਕੇ ਵਿਸ਼ਨੂੰ ਭਗਵਾਨ ਨੇ ਕਿਹਾ, ਰਾਜਾ ਇਕਵਾਦ ਜੀ, ਤੁਹਾਡਾ ਸੰਕਲਪ ਫੁਰਨਾ ਅਰਦਾਸ ਪ੍ਰਵਾਨ ਹੋ ਗਈ ਹੈ, ਕਲਯੁਗ ਦੇ 4ਵੇਂ ਜਾਮੇ ਮੈਂ ਸ਼ਹਿਰ ਵਸਾਵਾਂਗਾ, 5ਵੇਂ ਜਾਮੇ ਹਰੀ ਮੰਦਰ ਦਾ ਨਿਰਮਾਣ ਕਰਕੇ ਸਰੋਵਰ ਦੇ ਵਿੱਚ ਹਰੀ ਮੰਦਰ ਦਾ ਵਾਸਾ ਹੋਵੇਗਾ, ਹਰੀ ਮੰਦਰ ਦੇ ਵਿੱਚ ਗੁਰੂ ਗ੍ਰੰਥ ਰੂਪ ਵਿੱਚ ਨਿਵਾਸ ਹੋਵੇਗਾ ਅਤੇ ਰਾਗੀ ਢਾਡੀ ਸੰਤ ਮਹਾਤਮਾ 33 ਕਰੋੜ ਦੇਵਤੇ ਦੇ ਰੂਪ ਵਿੱਚ ਨਿਵਾਸ ਹੋਊਗਾ, ਕਥਾ ਕੀਰਤਨ ਹੁੰਦਾ ਰਹੇਗਾ ਅਤੇ ਜੋ ਵੀ ਕੋਈ ਪ੍ਰਾਣੀ ਹਰਿਮੰਦਰ ਵਿੱਚ ਆ ਕੇ ਬੈਠੇਗਾ ਉਸਨੂੰ ਸ਼ਾਂਤੀ ਮਿਲੇਗੀ, ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਸੁੱਧ ਬੁੱਧ ਭੁੱਲੇਗੀ, ਮਨ ਇਕਾਗਰ ਹੋਵੇਗਾ। ਦੂਸਰੀ ਬੇਸਤੀ, ਜਿਸ ਤਰ੍ਹਾਂ ਆਪਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ, ਕਿਉਂਕਿ ਸਿੱਖ ਸੇਵਕ ਜੋ ਗੁਰੂ ਨਾਲ ਜੁੜ ਜਾਂਦਾ, ਜੋ ਕਲਾ ਗੁਰੂ ਵਿੱਚ ਹੈ ਉਹ ਸਿੱਖ ਦੇ ਵਿੱਚ ਆ ਜਾਂਦੀ ਹੈ। 5ਵੇਂ ਪਾਤਸ਼ਾਹ ਵੇਲੇ ਭਾਈ ਸਿੱਖ ਭਾਈ ਸਾਲੋ ਜੀ ਸਨ, ਅੱਜ ਵੀ ਅੰਮ੍ਰਿਤਸਰ ਗੁਰੂ ਕੇ ਮਹਿਲਾਂ ਤੋਂ ਲੋਹਗੜ ਦੇ ਕਿਲੇ ਵੱਲ ਨੂੰ ਜਾਈਏ, ਰਸਤੇ ਦੇ ਵਿੱਚ ਭਾਈ ਸਾਲੋ ਦਾ ਟੋਭਾ ਆਉਂਦਾ, ਦਿਨ ਰਾਤ ਸੇਵਾ ਕਰਦੇ ਸੀ। ਅੰਮ੍ਰਿਤਸਰ ਦੇ ਨੇੜੇ ਗਿੱਲ ਪਿੰਡ ਹੈ, ਅੰਮ੍ਰਿਤਸਰ ਦੇ ਸਰੋਵਰ ਦੀ ਬਾਈ ਦੀ ਸੇਵਾ ਡੋਡੀ ਸਤਿਗੁਰੂ ਜੀ ਨੇ ਵੰਡ ਕੇ ਦਿੱਤੀ, ਆ ਪਾਸਾ ਤੂੰ ਸੇਵਾ ਕਰਾਉਣੀ, ਉਹ ਤੂੰ ਚਾਰੇ ਪਾਸਿਆਂ ਦੀ 4 ਗੁਰਸਿੱਖਾਂ ਨੂੰ ਅੱਡੋਡੀ ਡਿਊਟੀ ਲਾਈ ਹੋਈ ਸੀ। ਭਾਈ ਸਾਲੋ ਜੀ ਦੇ ਪਾਸ ਜਿਹੜੀ ਬਾਈ ਦੀ ਸੇਵਾ ਸੀ ਉਹ ਇੱਟਾਂ ਪੱਕੀਆਂ ਨਹੀਂ ਸੀ। ਸਤਿਗੁਰੂ ਜੀ ਕਹਿਣ ਲੱਗੇ, ਗੁਰੂ ਅਰਜਨ ਦੇਵ, ਭਾਈ ਸਾਲੋ ਤੇਰੇ ਪਾਸੇ ਵਾਲਾ ਜਿਹੜਾ ਸਰੋਵਰ ਦਾ ਹਿੱਸਾ ਹੈ ਬਾਈ ਕੱਚੀ ਹੈ, ਪੌੜੀਆਂ ਨਹੀਂ ਬਣੀਆਂ, ਇੱਟਾਂ ਨਹੀਂ ਆਈਆਂ, ਕੀ ਗੱਲ ਹੈ? ਕਹਿੰਦਾ ਜੀ ਬਸ ਆਪ ਕਿਰਪਾ ਕਰੋ, ਹੁਣ ਬਣ ਜਾਵੇਗਾ। ਗਿੱਲ ਪਿੰਡ ਵਿੱਚ ਜਾ ਕੇ ਭਾਈ ਸਾਲੋ ਜੀ ਨੇ ਅਲੋਸਮੈਂਟ ਕਰ ਦਿੱਤੀ,
ਤੁਰ ਫਿਰ ਕੇ ਕਿ ਜਿਹੜਾ ਇੱਕ ਪੁੱਤਰ ਦੇਵੇਗਾ ਉਹਨੂੰ ਇੱਕ ਪਾਥੀ ਦੇਵੇਗਾ ਉਹਨੂੰ ਇੱਕ ਪੁੱਤਰ ਮਿਲੇਗਾ, ਜਿਹੜਾ ਦੋ ਪਾਥੀਆਂ ਦੇਵੇਗਾ ਉਹਨੂੰ ਦੋ ਪੁੱਤਰ ਮਿਲਣਗੇ। ਇੱਕ ਮਾਈ ਕਹਿੰਦੀ ਜੀ 100 ਪਾਥੀ ਦੇਵਾਂਗੇ ਮਾਤਾ ਪਰ 100 ਪੁੱਤਰ ਮਿਲੇਗਾ। ਇਹ ਸ਼ਿਕਾਇਤ ਗੁਰੂ ਅਰਜਨ ਦੇਵ ਜੀ ਦੇ ਪਾਸ ਪਹੁੰਚੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭਾਈ ਸਾਲਾਂ ਨੂੰ ਆਏ ਨੂੰ ਪੁੱਛਿਆ, ਕਹਿੰਦਾ ਜੀ ਚੌਂਕੀਦਾਰ ਦਾ ਕੰਮ ਹੈ ਹੁੱਕਾ ਦੇਣਾ, ਦਾਤ ਦੇਣੀ ਦਾਤੇ ਦਾ ਕੰਮ ਹੈ। ਤੁਸੀਂ ਡਿਊਟੀ ਲਾਈ ਆ, ਮੈਂ ਆਪਣਾ ਚੌਂਕੀਦਾਰਾ ਨਿਭਾਇਆ, ਪੁੱਤਰ ਤੁਸੀਂ ਦੇਣੇ ਆ, ਮੈਂ ਤਾਂ ਆਪਦੀ ਡਿਊਟੀ ਸੇਵਾ ਵਾਲੀ ਸੰਪੂਰਨ ਕਰਨ ਵਾਸਤੇ ਹੁੱਕਾ ਦਿਆ, ਤੁਸੀਂ ਜਾਣੋ ਤੇ ਉਹ ਜਾਣਨ, ਮੈਂ ਤਾਂ ਆਪਣਾ ਫਰਜ਼ ਨਿਭਾਇਆ। ਇੱਕ ਸਮਾਂ ਐਸਾ ਵੀ ਆਇਆ ਕਿ ਜੋਗੀ ਹੰਕਾਰ ਵਿੱਚ ਉਸਦੇ ਪਾਸ ਲੋਟਾ ਸੀਗਾ, ਜਿੱਥੇ ਜਾਂਦਾ ਸੀ ਹਰ ਇੱਕ ਮਹਾਂਪੁਰਖ ਦਾ ਨਿਰਾਦਰ ਕਰਦਾ ਸੀ, ਕਿਸੇ ਦਾ ਆਦਰ ਨਹੀਂ ਕਰਦਾ ਸੀ, ਤੇ ਉਹਦੇ ਕੋਲ ਰਿੱਧੀਆਂ ਸਿੱਧੀਆਂ ਕੋਈ ਸ਼ਕਤੀਆਂ ਸਨ। ਸਤਿਗੁਰੂ ਨੇ ਬਾਣੀ 'ਚ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ, 18 ਪ੍ਰਕਾਰ ਦੀਆਂ ਸਿੱਧੀਆਂ ਤੇ 9 ਨਿਧੀ 9 ਰਤਨਾਂ ਦਾ ਨਾਮ ਹੈ। ਉਹ ਅੰਮ੍ਰਿਤਸਰ ਪਹੁੰਚ ਗਿਆ ਦਰਬਾਰ ਸਾਹਿਬ ਦੇ ਵਿੱਚ, ਤੇ ਚਾਰ ਸਵੇਰੇ ਲੋਕ ਜਾਣਦੇ ਸਨ ਤੇ ਡਰਦੇ ਸਨ ਵੀ ਇਹ ਲੋਟਾ ਤਾਂ ਭਰਨਾ ਨਹੀਂ, ਬੇਇੱਜ਼ਤੀ ਹੋਊਗੀ। ਭਾਈ ਸਾਲੋ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਉਹ ਜੋਗੀ ਆਇਆ ਬੜਾ ਹੰਕਾਰੀ ਹੈ, ਸਭ ਦਾ ਨਿਰਾਦਰ ਕਰਦਾ ਹੈ ਤੇ ਲੋਟਾ ਉਸਦਾ ਭਰਦਾ ਨਹੀਂ, ਤੇ ਉਹਦੇ ਭਰਨ ਵਾਸਤੇ ਲੰਗਰ ਵਾਸਤੇ ਫਿਰ ਇੰਨਾ ਰਾਸ਼ਨ ਨਹੀਂ ਹੋਣਾ। ਭਾਈ ਸਾਲੋ ਜੀ ਉੱਠ ਕੇ ਤੁਰੇ ਆਏ, ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਲੰਗਰ ਦੇ ਵਿੱਚ ਚੌਲ ਬਣੇ ਸਨ ਚੁਕਾ ਲਿਆ ਸੇਵਾਦਾਰ ਨੂੰ, ਤੇ ਜਿਸ ਵੇਲੇ ਜੋਗੀ ਵੇਲੇ ਦੇਖਿਆ ਤਾਂ ਉਹ ਆਖਦਾ ਵੀ ਇਹ ਪ੍ਰਾਂਤ ਨੇ ਮੇਰਾ ਕੀ ਭਰਨਾ। ਭਾਈ ਸਾਲੋ ਜੀ ਨੇ ਧੰਨ ਗੁਰੂ ਨਾਨਕ ਕਹਿ ਕੇ ਇੱਕ ਬੁੱਕ ਲੋਟੇ ਦੇ ਵਿੱਚ ਪਾਇਆ, ਲੋਟਾ ਬਾਹਰ ਤੱਕ ਟੋਕਰੀਆਂ ਵਾਂਗੂ ਦਿਸਦਾ ਨਹੀਂ ਸੀ ਕਿੱਥੇ ਹੈ। ਇਹ ਪੁਰਾਤਨ ਹੈ ਜਿਹੜੇ ਮਹਾਂਪੁਰਖ ਨੇ ਪੰਜਵੀਂ ਗੱਦੀ ਤੇ ਭਾਈ ਸੁਖਦੇਵ ਸਿੰਘ ਜੀ ਬੈਠੇ, ਨਾਨਕਸਰ ਦੇ ਕਿੰਨੇ ਵਿਹੰਗਮ ਹੈ, ਸਾਰੇ ਨਾਨਕਸਰ 'ਚ ਬਾਬੇ ਸੁਖਦੇਵ ਸਿੰਘ ਨੂੰ ਬਾਬਾ ਕੁੰਦਰ ਸਿੰਘ ਜੀ ਸੁਖੀ ਆ ਕੇ ਪੁਕਾਰਦੇ ਸਨ। ਵਿਰੋਧੀ ਧਿਰ ਦੇ ਪਾਲਟੀ ਵਾਲੇ ਕਹਿੰਦੇ ਸੀ ਤੇਰਾ ਪੁੱਤ ਸੁਖੀ ਆ ਸਾਨੂੰ ਬਹੁਤ ਦੁੱਖ ਦਿੰਦਾ। ਉਹਨਾਂ ਨੇ ਬਚਨ ਪਾਲਿਆ ਬਾਬਾ ਖੇਮ ਸਿੰਘ ਜੀ ਦਾ, ਬਾਬਾ ਕੁੰਦਰ ਸਿੰਘ ਜੀ ਦਾ, ਔਰ ਤਿਆਗ ਕੀਤਾ। ਇੱਕ ਵਾਰੀ ਨਹੀਂ ਕਈ ਵਾਰੀ ਮੌਤ ਦੇ ਮੂੰਹ 'ਚ ਚਲੇ ਗਏ, ਦੁਬਾਰਾ ਵਾਪਸ ਜ਼ਿੰਦਗੀ ਮਿਲਦੀ ਰਹੀ ਹਰ ਪੜਾਅ 'ਤੇ। ਮੈਂ ਕਿੰਨੇ ਕੁ ਗਿਣਾਂ, ਜਿਹੜਾ ਬਚਨ ਨਹੀਂ ਪਾਲ ਸਕਦਾ ਉਹਨੂੰ ਕੁਛ ਨਹੀਂ ਮਿਲਦਾ। ਬਚਨ ਪਾਲਣ ਵੇਲੇ ਦੁੱਖ ਤੇ ਤਕਲੀਫ਼ ਉੱਠਦੀ ਹੈ। ਇੱਕ ਉਹ ਸਮਾਂ ਵੀ ਆਇਆ ਜਦੋਂ ਬਾਬਾ ਕੁੰਦਰ ਸਿੰਘ ਜੀ ਇਹਨਾਂ ਨੂੰ ਪਰਖ ਵਾਸਤੇ ਭੇਜਿਆ ਸੀ ਕਿ ਫਲਾਣੇ ਥਾਂ 'ਤੇ ਚਲੇ ਜਾਓ ਡਿਊਟੀ ਕਰੋ, ਉੱਥੇ ਅੱਧੀ ਰੋਟੀ ਨਸੀਬ ਹੁੰਦੀ ਸੀ, ਰੱਜਵੀਂ ਰੋਟੀ 8 ਪੈਰਾਂ 'ਚ ਨਹੀਂ ਮਿਲਦੀ ਸੀ। 2-4 ਮਹੀਨੇ ਸੇਵਾ ਕਰਨ ਤੋਂ ਬਾਅਦ ਬਾਬੇ ਕੁੰਦਰ ਸਿੰਘ ਜੀ ਪਾਸ ਆ ਕੇ ਰੋਏ, ਕਹਿੰਦੇ ਬਾਬਾ ਜੀ ਬਾਕੀ ਤਾਂ ਅਸੀਂ ਕੁਛ ਨਹੀਂ ਮੰਗਦੇ, 8 ਪੈਰਾਂ 'ਚ ਇੱਕ ਵਾਰੀ ਰੋਟੀ ਖਾਣ ਜੋਗੀ ਤਾਂ ਮਿਲ ਸਕੇ। ਬਾਬਾ ਕੁੰਦਰ ਸਿੰਘ ਜੀ ਚੁੱਪ ਕਰ ਰਹੇ। 2 ਮਿੰਟ ਬਾਅਦ ਕਹਿੰਦੇ ਜੇ ਕੁਛ ਮਰਾਤਵਾ ਲੈਣਾ ਤਾਂ ਉੱਥੇ ਚਲਾ ਜਾ, ਸਭ ਕੁਛ ਮਿਲੂਗਾ। ਦੁਆਰਾ ਨਹੀਂ ਭੌਂਕੇ ਆਏ। ਧੰਨ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਪੁੱਚੋ ਵਾਲੇ ਜੋ ਨਾਨਕਸਰ ਦਾ ਮੁੱਢ ਹੈ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਟਿੱਲੇ ਦੇ ਉੱਪਰ 4-5 ਘੜੇ ਪਏ ਹਨ ਜਿਹੜੇ ਮਿੱਟੀ 'ਚ ਬੰਦ ਕੀਤੇ ਹੈ। ਉਹਨਾਂ 'ਚੋਂ ਇੱਕ ਘੜਾ ਐਡਾ ਕੁ ਹੈ, ਉਸਦਾ 8 ਕੁੰਗਲਾ ਨਹਿਰੀ ਪਾਣੀ ਜਿਹੜਾ ਹੈ ਉਹ ਨੀਵਾਂ ਹੈ, ਕਿਉਂਕਿ ਉੱਥੇ ਨਹਿਰ ਦਾ ਪਾਣੀ ਮਿਲਦਾ ਸੀ, ਸੇਵਾਦਾਰ ਭਰ ਦਿੰਦਾ ਸੀ। ਅਤੇ ਬਾਬਾ ਜੀ ਨੂੰ ਉਸ ਮਾਸ਼ਕੀ ਭਰਨ ਵਾਲੇ ਨੇ ਮਹਿਰੇ ਨੇ ਕਿਹਾ, ਕਹਿੰਦਾ ਜੀ 8 ਕੁੰਗਲਾ ਪਾਣੀ ਰਹਿੰਦਾ ਵੀ ਭਰ ਦਿੰਦੇ। ਬਾਬੇ ਕਹਿੰਦੇ ਨਹੀਂ ਭਰੂਗਾ। ਕਹਿੰਦਾ ਜੀ ਭਰ ਦੇਣਾ। ਬਾਬੇ ਕਹਿੰਦੇ ਲੱਗਾ ਰਹਾ ਜਿੰਨਾ ਚਿਰ ਮਰਜ਼ੀ, ਇਹ ਭਰਨਾ ਹੀ ਨਹੀਂ। ਅਸੀਂ ਪਹਿਲਾਂ ਬਾਬਾ ਖੇਮ ਸਿੰਘ ਜੀ ਹੁੰਦੇ ਦਰਸ਼ਨ ਕੀਤੇ, ਉਹ ਘੜਾ ਨੰਗਾ ਪਿਆ ਹੁੰਦਾ, ਹੁਣ ਤਾਂ ਬੰਦ ਕਰਕੇ ਪਰੇ ਰੱਖ ਦਿੱਤਾ ਗਾ ਟੱਲੇ ਦੇ ਕੋਲੇ।
क्योंकि लोग परख करने वास्ते बहुत ज्यादा जाते बाल्टिया की लैन ला के उस घड़े भरन की कोशिश की कोई भर नहीं सकया। इथों तक है कि बाबा ईसर सिंह संगत ने मजबूर किया लैन लग गई मोगे वाली संगत की। बाबा जी बाल्टिया पाते रहे तो अरदास की सच्चे पातशाह संगत तो बेबस होकर पाना पिया। मेरी आत्मा नहीं कहती आवाज आई टले दे बेटा दादे गुरु की प्रीख्या नहीं की जी ड्यूटी दी उ कर ये असी 100 साल बाद दोबारा आवेंगे तो भरना। वो 1927 उन्होंने अपना शरीर सचखंड लैके गए सन तो 2027 उन्होंने दोबारा खंडा फड़ के आना। 5 महापुरखों का नाम लिखिया उन्होंने बाबा नाम सिंह बाबा वधावा सिंह अतर सिंह मस्तुआण वाले संत ज्वाला सिंह हरखोवाल वाले संत अतर सिंह रेरू साहब वाले ये 5 महापुरख उन्होंने लिखिया 5 प्यारियां दे रूप में। काबल तो अरूढ़ सिंह रंगर के घरे साडा जन्म होगा फौज लैके आवेंगे दुनिया में पूरी हलचल मची होगी किते कोई सुधार से शांति नहीं होगी पखंडवाद से धन दौलत कट्ठे करने वास्ते सब तुर पैणगे। असीं उत्थों आके जंग लड़दे आवेंगे हरिमंदर साहब पुच्चो जो आवेंगे उदों ये घड़ा भरूगा। उदू पहला कोई दुनिया की ताकत इस घड़े को भर नहीं सकूगी घड़ा अज भी मौजूद है टले ते। इदू पहला बाबा खेम सिंह जी ने लिखता देखने वास्ते अरदास करके टले ते गए सन उन्होंने आवाज आई बेटा जेड़ तेरी ड्यूटी है वह तू करनी है तेनू हजे हुक्म नहीं साड़ी लिखता हाथ लाने का। वह लिखता की किताब 13वां हिस्सा बाबा सुखदेव सिंह जी ने देखे तो छपवाया वा पुच्चो वाले बाबा महा हरनाम सिंह के जीवन का 13वां हिस्सा जो लिखतों में साखियां कुछ मिली लिखतकारा दियाँ वो बाबा सुखदेव सिंह जी ने दोबारा छपवाया। क्योंकि संसार च समा आउंदा रहिंदा बीतदा रहिंदा महापुरख आउंदे ड्यूटी के मुताबिक जे अज उन्होंने बचन मन्निया ते अज नानक सर नालों भी वड्डी पदवी वाले जिहड़े नानक सर के सेवादारों नूं सिर झुकाउंदे आ कि साडी वड्डी गद्दी है। सिर्फ यही बेनती तुहानूं करनी चाहुंदा हाँ कि सिख गुरु गुरु सिख है नानक भेद ना भाई जिहड़ा गुरु का बचन कमाउंदा बचन मन्नदा वा उहदे मगल शक्तियां गुरु भेज दिंदा। बाबा दीप सिंह सिर ला के तली ते धर के खब्बे हथ ते सजे हथ नाल खंडा फड़ के क्यों लड़िया मगर कलगी तर खड़े सन। भाई बणी सिंह ने अंग अंग क्यों कटा लिया मगर गुरु गोबिंद सिंह खड़े सन उहदे हिरदे विच। भाई दयाला जी देग विच किवें उबल गए उन्होंने आत्मा नूं शरीर तो पहला अलग करके उत्थे बिठा दिता उहदे मगर गुरु खड़ा उन्होंने गुरु का बचन मन्निया। जे असीं गुरु का बचन नहीं मन्नांगे सानूं कुछ प्राप्ति नहीं होवेगी क्योंकि जो विधियां सतगुरु जी ने दित्तियां जो सानूं संपट पाठां दियां अखंड पाठां दियां विधियां दित्तियां इहदा मुख कारण की है संपट किस नूं कहा जांदा ये मैं दस के समाप्ति कर दिया क्योंकि मैं टाइम भी उत्ते हो गया। सैकटरी साहब कहिंदे समाप्ति कर दिओ। जिस तरह एक वैद घड़े दे अंदर दवाई शुद्ध करके ते पा के दवाई नूं पौं बंद करके चंगी तरह उसका मूँह बंद कर दिंदा ते पाथी दी अग दिंदा और अग देण तों बाद उस दवाई नूं बाहर कढ के देखदा पानी दे उपर पा के शुद्ध हो गई आ। वो एक दाणा जिहड़ा है भस्म दा 8 दाने अपने सिर दे उपर पानी दे खड़े रहणगे पानी च दाने थले जांदे आ। सोना चांदी हीरा जवाहरात पित्तल कली जस्त भरत जो भी कोई शुद्ध मारदा एक दाने जिन्नी पानी उपर पाई जावे वो पानी दे उपर पाई जावे ना ते 8 दाने आए करके पानी उपर सट दईए ते दा पानी जे उपर दाने उपर रहणगे थले नहीं जा सकते। 8 गुना भार सिर ते चकदी आ भस्म मारी होई संपट कीती दवाई जांदी आ। ये संपट का भाव कि संसार का भाव सिर ते चकना शब्द का जाप करके साडे हिरदे दे अंदर गुरु दे शब्द का प्रकाश हो गया बार बार उस शब्द का आराधन तां करना है। भाई नंद लाल ने गुरु गोबिंद सिंह पास बेनती की कहिंदा सच्चे पातशाह तुहाडे किन्ने रूप है
सतगुरु गुरु गोबिंद सिंह कहन लगे नंद लाल तेरे सामने मैं बैठा। कहिंदा नहीं गरीब नवाज पिछोकर तो लैके पछड़िया। सतगुरु गुरु गोबिंद सिंह कहन लगे नंद लाल पर सुन ध्यान दे नाल तीन रूप मोहे के सुनो नंद चित लाए। मेरे तीन रूप आ संसार दे अंदर जदों तो लैके सृष्टि साजी है। किसी कवि ने लिखिया पहले था निराकार। निराकार किनू कहिंदे आ जिहदा कोई वजूद नहीं चेन चक्कर नहीं। गुरु गोबिंद सिंह महाराज ने जाप साहिब उहदा बयान दिता चक्कर चिन्ह अर वर्ण जात अर पात नहिं जे रूप रंग रेख पे को कह न सकत केहे अचल मूर्त अनुभव प्रकाश अंतोज कही जय कोट इंदर इंदरान साहे सहान गनीज तिरपन महीप सुरनार असर नेत नेत बंतरन कह तब सर्वनाम कथा कमन करना वर्ण समत। कोई दा रूप नहीं कोई दा रंग नहीं कोई दा चेन नहीं कोई चक्कर नहीं कोई हाथ रखीरा नहीं। उन्हूं कहिंदे निराकार वो प्रकाशमान रूप है। इस धरती दे समुंदर तों तट कंडे तों 40 लख योजन दे उच्चा उसका वास है जिस दे निरंकार दी सचखंड दा जिसनूं दरगाह कहा गया। उत्थे की आ सतगुरु जी कहिंदे आ भाई उहां सूरज ना ही चंद ना उत्थे सूरज है ना उत्थे चंद्रमा ना उत्थे दिन है ना उत्थे रात है ना उत्थे भुख है ना उत्थे त्रेह है। उत्थे एक प्रकाश रूप है जेड़ी आत्मा शरीर को निरंकार दा प्रकाश हिरदे विचों प्रगट कर लैंदी है। करोड़ां सूरजां दे बराबर उत्थे प्रकाश नहीं उह कम करदा जिथे उस निरंकार दा प्रकाश हिरदे च हो जावे। सतगुरु जी ने कहा नंद लाल जी मेरे तीन रूप ये हैं। पहले निराकार पहले था निराकार फिर आकार हो गया आकार से फुरना उठा दो चार हो गया दो चारों की गिनती बड़ी तो हजार हो गया हजारों की पदाई से ये संसार हो गया संसार पापों में फंसा तो अंधार हो गया। इस अंधार मिटने के लिए श्री गुरु नानक अवतार हो गया जिसने कीता सदक बेड़ा पार हो गया। सारी सृष्टि ते गुरु नानक ने मेहर की है। आद निरंजन है गुरु नानक धार के मूर्त है जग आयो लोक सुनियो परलोक सुनियो विद लोक सुनियो सब दर्शन पायो संगत पार उतारन को गुरु नानक साहब ए पंथ चलायो वाहे गुरु गुरु नानक साहब धार के मूर्त है जग आयो। धन गुरु नानक साहब जी ने पहला अपना स्वरूप धारण किया है। ये 10 जामे हैं शरीर के अंदर। धन गुरु गोबिंद सिंह ये कह रहे कि नंद लाल जी पहला मेरा स्वरूप निर्गुण है दूजा मेरा स्वरूप सरगुण है। मैं शरीर च तेरे सामने बैठा है। शरीर विच आपां महापुरखां नूं देखदे आं उहनां दा उपदेश सुणदे आं आत्मा करके उहनां नूं नहीं पछाण सकदे क्योंकि अपने पिंड दे वी कई भचंगी जिहड़े आ घर बार छड के महापुरखां दी सेवा च रहे। बाबा ईसर सिंह जी बचन करदे सन पहला नंबर नानक साहब दे अंदर कोई गेट नहीं पार कर सकता जिन्ना चिर उसका पुन्य कर्म ना होया। दूजा नंबर मत्था टेक के हजूरी च नहीं बैठ सकता। तीजा अति कर्म चंगा होगा तो संगी आके सेवा कर सकूगा। चौथा उत्तम भाग होगा तो अपना आप संसार नूं छड के इस दरबार चो सेवा का बहिंगा बन सकूगा। चार प्रकार के संत लिखे सारक कवली ने एक सिखी लेख दी तोरो जन्म तो ही बच्चे दा लेख लिखा जांदा। एक पेख दी जब मेरे चोला पाया उतो बड़ा सोहना लगता गल्लां बड़िया अगले कहिंदे चंगे करदा अंदर भवां ठग होवे। एक सिखी लेख दी दूसरी पेख दी तीसरी की है घर बार संसार छड के
महापुरखां दी संगत करके मुड़ के फिर की कहिंदे इक मुड़ मुड़ पिछा देखदी परिवार नूं कटंबियां नूं सर मिस्तरदारां नूं मित्रां नूं धन दौलत गुरुद्वारे चों इकट्ठा करके देई जांदा कहिंदे लै लै मौज कर लै अपना किहड़ा मुल लगा कहिंदे चौथा ओह आ एक गद्दो वांगू लेट दी जो मर्जी खा पी लिया घराड़े मार ले रब दा चेता ही भुल जाना कि उसका सिमरन करना मैं करजा चक्या होया सिमरन करना भुल जाता है। धन गुरु गोबिंद सिंह कहन लगे दया अपना नंद लाल जी निर्गुण सरगुण शब्द तोहे देहो बुझाए मेरे तीन रूप है पहला निर्गुण दूजा सरगुण तीजा शब्द हुण सुन मेरे तक किवें पहुंचना तू निरंकार आकार रूप ने प्रकाश रूप ने शरीर रूप नूं धारण करके अवतार भेजे इस सृष्टि ते मनुख पैदा किया आपुरख तुसी सारे बैठे हैं आपां महापुरख क्यों कहने हैं उन्हां दे विच संसार नालों महान गुण हुंदे आ तप हुंदा दया हुंदी आ किसे रोंदे नूं देख नहीं सकदे। बाबा नाम सिंह जी पाकिस्तान बन तो पहला कुछ संगियां नूं कहा कि भाई आउण वाला समा चंगा नहीं तुसी ए लेंदे पाकिस्तान चो हुण इधर आ जाओ उस पंजाब नूं छड्ड दिओ संगता कहिंदियां सच्चे पातशाह टिब्बियां जाके असीं बैठीए चूहियां दी खुड्डां जाके वास करिए कोठियां पाईआं सरदारियां कहिंदे दूसरा वचन मन लो सुखी रहोगे पर किहदा जी करदा कोठियां छड्डन वास्ते जदों संगत चुप कर गई तां बाबा नाम सिंह जी उहनां नूं कहिण लगे भाई असी चार साल पहला दरगाह नूं चले जाणा 1943 चो चले गए सन तुसी साडा अज वचन नहीं मन्निया पर एक गल चेते रखिया जी समा आउणा तुहानूं इह छड्ड के जाणा पैणा जिन्हां दे पास गुरु ग्रंथ साहिब दा सरूप है उह संग कंडियाल वजाउंदे सानूं अंग संग समझा जे लै के आयो गोलियां चलदियां होणगियां तुहाडा वाल विंगा नहीं होऊगा जिहड़े नूं छड्ड के आउणगे गुरु ग्रंथ साहिब नूं असीं जिम्मेवार नहीं आना असीं चार साल पहलां चले जाणा तुहानूं छड्डना पैणा संगत कहिंदी सच्चे पातशाह सानूं समां दे दिओ कहिंदे समां दे सकदे आं पर देणा नहीं कहिंदे जी क्यों कहिंदे इस वास्ते नहीं देना अज तुसीं वचन नहीं मनदे पए जिदन तुहाडा नुकसान होया बच्चों का जाके होर होया यह हल्ला गुला चलिया उदन तुसीं साडे पास आके रोना असीं तुहानूं रोंदियां नूं देखे जर भी नहीं सकते साडा भजन बंदगी कर करके हिरदा नरम हो जाता है जिस तरह मापे बच्चे नूं घूर भी देन बाबा ईसर सिंह जी एक प्रमाण दिंदे सी कहिंदे गेंद हाथ विच लै के ओ मालक जोर दे नाल कंध विच मारे गेंद परे नहीं जांदी उहदे वली फिर मुड़ के आउंदी सेवक ते संगी पास केड़ा हुंदा जिन्ने महापुरख ताड़ना करी जान उहनूं दूर करन उहनां नेड़े फिर गुरु दे तुरिया आवे उह सब कुछ लै जांदा क्योंकि गुरु दे अंदरों सिख ने खोट कढ़नी है औगण कढ़ने आ उहनूं पारस बनाउणा कवि ने लिखिया पारस हर संतन में अंतर बड़ो समान पारस दा ते अंतर दा संतां दा कहिंदे बहुत वड्डा फर्क है ओ लोहे कंचन करे ओ करे आप समान पारस जिहड़ा लोहे दे नाल छोवेगा ते सोना बना देवेगा पारस नहीं बनाउंदा महापुरख जिसनूं अपना रूप बनाउंदे आ पास करदे प्रीख्या विच उसनूं अपने कला शक्तियां दे के अपना रूप बना दिंदे आ धन गुरु गोबिंद सिंह ने कहा ना हर हर जन दो एक है बिब विचार किछ नाहे जल ते उपज तरंग जो जल ही बिखे समाहे धन गुरु गोबिंद सिंह कहन लगे नंद लाल जी ये ध्यान नाल सुनो पहला मेरा स्वरूप निर्गुण है जिन्हों दुनिया देख नहीं सकती दूजा मेरा स्वरूप सरगुण है मैं तेरे सामने बैठा तेजा मेरा रूप शब्द है आपा गुरु ग्रंथ साहिब नूं नमस्कार करते हैं इस दे अंदर 10 पातशाहियां 33 करोड़ देवता भगत
ਭੱਟ ਕਿੰਨਿਆਂ ਦੀ ਬਾਣੀ ਗੁਰਸ ਦੋ ਗੁਰਸਿੱਖਾਂ ਚਾਹੁੰਦੀ ਦਰਜ ਹੈ। ਇਹ ਸਾਰੀਆਂ ਸ਼ਕਤੀਆਂ ਰੂਪ ਹੋ ਕਰਕੇ ਇਸ ਦੇ ਅੰਦਰ ਬਿਰਾਜਮਾਨ। ਕਹਿਣ ਲੱਗੇ ਸਤਿਗੁਰੂ ਜੀ, ਕਹਿੰਦੇ ਭਾਈ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕਰਕੇ ਇਹ ਸ਼ਬਦ ਆਇਆ। ਆਪਾਂ ਨੂੰ ਡਾਇਰੈਕਟ ਅਕਾਲ ਪੁਰਖ ਨੇ ਨਹੀਂ ਦਿੱਤਾ, ਗੁਰੂ ਨਾਨਕ ਸਾਹਿਬ ਅਕਾਲ ਪੁਰਖ ਤੋਂ ਬਾਣੀ ਲੈ ਕੇ ਆਏ। ਦਸਾਂ ਸਰੂਪਾਂ ਤੱਕ ਇਹ ਸਾਨੂੰ ਬਾਣੀ ਮਿਲੀ ਹੈ। ਕਹਿੰਦੇ ਦਸਾਂ ਸਰੂਪਾਂ ਤੋਂ ਬਾਅਦ ਸਾਡੀ ਜੋਤ ਦੇ ਅੰਦਰ ਹੋਵੇਗੀ। ਇਸ ਮਨੁੱਖ ਜਾਮੇ ਦੇ ਅੰਦਰ, ਸਰੀਰ ਦੇ ਅੰਦਰ ਇਸ ਸ਼ਬਦ ਨੂੰ ਵਾਰ ਵਾਰ ਅਰਾਧਨਾ ਹੈ, ਚੇਤਾ ਕਰਨਾ ਹੈ। ਚੇਤਾ ਈਤਾ ਚੇਤ ਸਾਹਿਬ ਸੱਚਾ ਸੋਤਨੀ, ਵਾਰ ਵਾਰ ਇਸ ਨੂੰ ਚੇਤੇ ਕਰਨਾ, ਸਿਮਰਨ ਕਰਨਾ, ਯਾਦ ਕਰਨਾ, ਅਰਾਧਨਾ ਮੈਂ। ਜਦੋਂ ਦਿਨ ਰਾਤ ਇਹਨੂੰ ਅਰਾਧੇਗਾ, ਉਸ ਅਕਾਲ ਪੁਰਖ ਦੀ ਜੋਤ ਜੋ ਤੇਰੇ ਅੰਦਰ ਜਗਦੀ ਆ, ਉਹਦਾ ਪ੍ਰਕਾਸ਼ਮਾਨ ਹੋ ਕੇ ਜੋਤਾਂ ਇੱਕ ਮਿਲ ਜਾਣਗੀਆਂ। ਸਰੀਰ ਕਰਕੇ ਕਿਸੇ ਦਾ ਮਿਲਾਪ ਨਹੀਂ ਹੁੰਦਾ, ਇਹ ਵਿਛੜਦਾ ਤੇ ਮਿਲਦਾ ਹੀ ਰਹਿੰਦਾ। ਤੇ ਸਤਿਗੁਰੂ ਜੀ ਨੇ ਬਾਣੀ 'ਚ ਕੀ ਕਿਹਾ, ਮਿਲਿਆ ਮਿਲਿਆ ਨਾ ਮਿਲੇ, ਮਿਲੇ ਜੇ ਮਿਲਿਆ ਹੋਏ ਕਿਵੇਂ ਮਿਲੂਗਾ। ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ, ਜਿੰਨਾ ਚਿਰ ਆਤਮਾ ਪਰਮਾਤਮਾ ਦੇ ਵਿੱਚ ਅੰਦਰ ਜੋਤ ਪ੍ਰਕਾਸ਼ ਹੋ ਕੇ ਉਸ ਲੀਨ ਨਹੀਂ ਹੁੰਦੀ, ਉਹਨਾਂ ਚਿਰ ਭੇਦਤਾ ਹੀ ਨਹੀਂ ਹੁੰਦੀ। ਜਦੋਂ ਉਹਦੇ ਨਾਲ ਭੇਦਤਾ ਹੋਊਗੀ, ਜੋ ਬਚਨ ਗੁਰੂ ਕਵੇਗਾ ਉਹੀ ਸਿੱਖ ਦੀ ਰਸਨਾ ਤੋਂ ਨਿਕਲੇਗਾ, ਕਿ ਉਹਨੂੰ ਆਪਣਾ ਰੂਪ ਦੇ ਦਿੱਤਾ। ਭਾਈ ਨੰਦ ਲਾਲ ਜੀ, ਇਸ ਸਰਗੁਣ ਸਰੀਰ ਦੇ ਅੰਦਰ ਸ਼ਬਦ ਦਾ ਜਾਪ ਕਰਕੇ ਤੁਸੀਂ ਨਿਰਗੁਣ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜੋਤ ਰੂਪ ਪ੍ਰਕਾਸ਼ਮਾਨ ਹੈ, ਉਸ ਦੇ ਤੱਕ ਪਹੁੰਚਣਾ ਹੈ। ਇਹ ਤੁਹਾਡੀ ਮੰਜ਼ਿਲ ਹੈ, ਮੇਰੇ ਤਿੰਨ ਰੂਪ ਹੈ ਮਿਲਣ ਵਾਸਤੇ। ਸਾਨੂੰ ਇਹਨਾਂ ਮਹਾਂਪੁਰਖਾਂ ਦੇ ਸਮਾਗਮਾਂ ਤੋਂ ਕੀ ਮਿਲਦਾ, ਪੁੰਨ ਕਰਮ, ਰੱਬ ਦੀ ਯਾਦ। ਦੋ ਚੀਜ਼ਾਂ ਹਰ ਥਾਂ 'ਤੇ ਨਹੀਂ ਮਿਲਦੀਆਂ, ਤਿੰਨ ਚੀਜ਼ਾਂ ਹਰ ਥਾਂ 'ਤੇ ਮਿਲਦੀਆਂ। ਇਹ ਭਗਤ ਤੁਲਸੀਦਾਸ ਜੀ ਲਿਖਦੇ ਆ, ਸੁੱਤ ਦਾਰਾ ਔਰ ਲਛਮੀ ਪਾਪੀ ਕੇ ਵੀ ਹੋਈ। ਸੁੱਤ ਕਹਿੰਦੇ ਪੁੱਤਰ ਨੂੰ, ਦਾਰਾ ਕਹਿੰਦੇ ਇਸਤਰੀ ਨੂੰ, ਲਛਮੀ ਕਹਿੰਦੇ ਮਾਇਆ ਨੂੰ, ਆ ਜਿਹੜੀ ਢੇਰ ਲੱਗੀ ਜਾਂਦੀ। ਭਗਤ ਤੁਲਸੀਦਾਸ ਕਹਿੰਦੇ ਤਿੰਨ ਚੀਜ਼ਾਂ ਹਰ ਘਰ 'ਚ ਮਿਲਣਗੀਆਂ, ਪੁੱਤਰ ਇਸਤਰੀ ਅਤੇ ਮਾਇਆ, ਪਰ ਦੋ ਚੀਜ਼ਾਂ ਹਰ ਘਰ 'ਚ ਨਹੀਂ ਮਿਲਣਗੀਆਂ, ਸੰਤ ਸਮਾਗਮ ਹਰ ਕਥਾ। ਤੁਲਸੀ ਦੁਰਲਭ ਦੋਏ, ਹਰੀ ਦਾ ਸਮਾਗਮ ਆ ਤੁਸੀਂ ਰੱਬ ਦੀ ਯਾਦ ਵਿੱਚ ਰੱਖਿਆ ਨਾ, ਮਹਾਂਪੁਰਖਾਂ ਨੂੰ ਯਾਦ ਕਰਨ ਵਿੱਚ ਮਨਾ ਰਹੇ ਨਾ। ਇਹ ਕਹਿੰਦਾ ਹਰ ਥਾਂ 'ਤੇ ਨਹੀਂ ਹੋਣਗੇ। ਤੇ ਹਰੀ ਦੀ ਕਥਾ, ਸੰਤਾਂ ਦਾ ਸਮਾਗਮ ਤੇ ਹਰੀ ਦੀ ਕਥਾ ਹਰ ਥਾਂ 'ਤੇ ਨਹੀਂ ਹੋਣਗੀਆਂ। ਕਿੱਥੇ ਹੋਣਗੀਆਂ? ਜਿੱਥੇ ਗੁਰੂ ਦੀ ਕਿਰਪਾ ਹੋਵੇਗੀ, ਗੁਰੂ ਆਪ ਰਹਿਮਤ ਕਰੇਗਾ। ਸੰਤ ਸੁਜਾਨ ਸਿੰਘ ਨੂੰ ਬਾਬਾ ਆਨੰਦ ਸਿੰਘ ਜੀ ਕਹਿ ਰਹੇ ਆ, ਦਿੱਲੀ ਵਾਲੇ, ਕਹਿੰਦੇ ਉਹ ਸੁਜਾਨਿਆ, ਦੋ ਚੀਜ਼ਾਂ ਜਦੋਂ ਮਨੁੱਖ ਕੋਲ ਆਉਣਗੀਆਂ ਨਰਕ ਨੂੰ ਲਜਾਂਦੀਆਂ। ਕਹਿੰਦਾ ਜੀ ਕੀ? ਬਾਬੇ ਕਹਿੰਦੇ ਇੱਕ ਜਵਾਨੀ ਤੇ ਦੂਜੀ ਮਾਇਆ। ਇਹ ਜਿਸ ਮਨੁੱਖ ਦੇ ਪੱਲੇ ਆ ਜਾਂਦੀ ਆ, ਹੰਕਾਰ ਚੜ੍ਹ ਜਾਂਦਾ, ਮੇਰੇ ਕੋਲ ਮਾਇਆ ਵੀ ਤੇ ਜਵਾਨੀ ਵੀ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਨਰਕ ਨੂੰ ਲਜਾਂਦੀ ਆ। ਮਾਇਆ ਜਵਾਨੀ ਜਿਸ ਦੇ ਪੱਲੇ ਹੋਵੇ, ਗੁਰੂ ਕਿਰਪਾ ਹੋਵੇ ਤਾਂ ਸਿੱਧਾ, ਨਹੀਂ ਤਾਂ ਟੇਢਾ ਟੇਢਾ ਚੱਲੂਗੀ, ਲੈ ਜਾਂਦੇ। ਵੱਡੇ ਵੱਡੇ ਮਹਾਂਪੁਰਖਾਂ ਨੂੰ ਮਾਇਆ ਨੇ ਛੱਡ ਦਿੱਤਾ, ਉਹਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ ਨਾਮ ਹੈ, ਬ੍ਰਹਮਾ ਵਿਸ਼ਨ ਮਹਾਂਦੇਵ ਸਲੀਆ, ਉਹਨਾਂ ਨੂੰ ਵੀ ਛੱਡ ਦਿੱਤਾ। ਸਾਡੇ ਤੇ ਤਿੰਨ ਦੇਵਤੇ ਮੁਖੀ ਹੈ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਸਾਰੇ। ਸੰਸਾਰ ਦੀ ਦੋ ਪ੍ਰਕਾਰ ਦੀ ਮਾਇਆ, ਆਹ ਜੜ ਮਾਇਆ ਪਈ ਆ, ਇਸਤਰੀ ਬੈਠੀ, ਇਸ ਨੂੰ ਚੇਤਨ ਮਾਇਆ ਕਹਿੰਦੇ ਆ। ਇਹ ਮਨੁੱਖ ਦੇ ਚਿੱਤ ਨੂੰ ਡੁਲਾ ਕੇ ਕਾਮ ਵਾਸ਼ਨਾ 'ਚ ਗਰਕ ਕਰ ਦਿੰਦੀ ਹੈ, ਬੰਦਾ ਭੁੱਲ ਜਾਂਦਾ ਆਪਣਾ ਆਪ। ਇਹ ਦੋ ਪ੍ਰਕਾਰ ਦੀ ਮਾਇਆ ਇਹ ਮਨੁੱਖ ਨੂੰ ਡੁਲਾ ਕੇ ਸੁੱਟ ਦਿੰਦੀ ਹੈ। ਬਾਕੀ ਸੰਸਾਰ ਦੇ ਪਦਾਰਥਾਂ ਤੋਂ ਜਾਣਾ ਤਾਂ ਅੱਗੇ ਬਹੁਤ ਕਠਿਨ ਹੈ।
क्योंकि जिन रंकार ने विधि बनाई है तो उन्हें अपने मंजिल तय कर लग्या अगों कुछ यहोजी चीजा भी रखिया जिहड़ियां संसार ते कोई नहीं कह सकता। सरदार संत दौदर वाले से हरिद्वार कुंभ बारह साध वाल मेला आता है उस वेले बाबा नाथ सिंह जी शरीर कारण करके इत्थे तपस्या करते बाहर जंगलों च भी चले जाते वो कहिंदे वी सानू महान कुंभ दे विच कुल दुनिया के संत हुंदे आ। उन्होंने पुछया कोई ऐसा संत महात्मा दसो जेड़ा जड़ ते चेतन माया तो निरलेप होवे। जे कोई संत इस्त्री का त्याग किया जती रहा गृहस्थी नहीं होया तो उन्होंने ऐस माया ने ग्रस दिता। सोना चांदी हीरे जवाहरात ने ग्रस दिता रब की मंजिल तक जान नहीं दिता मान वड़ेई भावें मिल गई है। जे इस माया का त्याग किया तो इस्त्री ने डुला के काम वासना च उसनु खत्म कर दिता। मैं उदाहरण दे सकता टाइम ज्यादा हुंदा ते उस वेले उन्होंने उन्होंने पूछया तो उन्होंने ये गल कही कि दुनिया च एक संत है टूआ पट के पुंजे बहिंदा है संसार वाली पिठ है निरंकार वाली मूह है परछावें वाली मूह नहीं करता। आ परछावां मां पदार्थ जिहड़े है बाबे कहिंदे निरंकार वाली मूह कर लो परछावां आपे मगर आ जूगा। माया रूप सब पदार्थ परछावां है निरंकार दे हुक्म च। दुनिया का कोई भी महापुरुख बैठा संगत विच हुण जिस तरह मैं बैठा तुहाडे वल्ले मूंह रखना केवल दुनिया का एको एक तपस्वी बाबा आनंद सिंह होए आ जिन्हां ने संसार वाली पिठ करके निरंकार वाली मूंह रखिया टूआ पट के बैठे आ। जे किसी ने पुछया महापुरखो टूआ पट के क्यों बहने कहिंदे कोई रब का प्यारा बख्शिया होया जे इत्थे संगत विच आउंदा जांदा इतने मत्था टेकूगा कि चरणों की धूड़ मेरे उपर पै जूगी मैं भी तर जावगा इस निम्रता की गरीबी। वो कह लगे हां भाई है बाबा आनंद सिंह कलेरा वाले कहिंदे की प्रूफ कहिंदे स्वर्ग विचों 16 साल तो लैके 30 साल पत्थरों की लाइन लवा दो सोना जवान चांदी हीरे जवाहरा धन दौलत के ढेर ला दो पर अख पर के नहीं झमकन गए भी एक की चीज पई है उन्होंने वास्ते मिट्टी की ढेरी है कोई नहीं दूजा। महाराजा पटियाले नूं बाबा आनंद सिंह ने भुपिंदर सिंह ने एक वेरे बचन कहा सी एक लख रुपये की थैली भेट की सी उसने बाबा जी ने खूंडी दे नाल परे कर दित्ती सोटे नाल कहिंदा महापुरखो लै लो एक लख रुपया मेरे वर्गा दानी नहीं होना। बाबे ठुड्डा मार के कहिंदे साडे वर्गा त्यागी भी नहीं कोई जम सकदा लै जा बहुत तेरे अर्गे फिर गए मगर अज उन्हां दी देन उन्हां दी तप दा सदका असीं वर्ल्ड विच छाए होए आ। इह कृपा उन्हां दे त्याग दा जिहड़ी संसार दी माया हर पदार्थ इन्हां दे कोले तुरिया हुंदा इह साडी कमाई नहीं इह उन्हां दी है पुच्चो वालिआं दी है बाबा ईसर सिंह दी है बाबा आनंद सुखनम सिंह दी है साडी कमाई नहीं। सानू तो उन्होंने बदौलत सेवक समझ के लोग सत्कार करते हैं जे असी वह करा के संभाल लीए तो लोग तो परलोक सवार गया संगत को सही सेध दे। इस वास्ते दास इन्ना कुछ कहता हुआ खिमादास जा चुका इतिहास बोलद विचार करद किसी माई भाई के हिरदे को दिखाने वाला कोई कठोर वचन बोलिया कि अनजान बच्चा जान के खिमा करनी इतिहास भेट जो माया आई है ये माया भाई थोड़ी महापुरखों के लंगर में ही जाने आप चौकीदारा बजाना जे बाबा आनंद सिंह जी बाबा ईसर सिंह कहते गुरु नानक दे चौकीदार आप सारे तो चौकीदार का काम की हुंदा होका देना भाई मालक आ गया किसी ने कोई कार्ज करवाना दुख सुख की बेनती करनी है आ जाओ मालक बैठा आप सब चौकीदार हैं तो जे असी चौकीदार बन जाइए ना किसी कवि ने लिखिया गुरु जी की लोड़ हो गुरु भी अजिहा होवे जैसे दशमेश माता गुजरी दे लाल जी आर परिवार चौहां बच्चियां खुआए देवे देश कुर्बान हित वार वार जी सारी रात पहरा देवे आप चौकीदार बन के
ਨਰਕ ਕੁੰਡ ਵਿੱਚੋਂ ਲੈਂਦਾ, ਸਿੱਖ ਨੂੰ ਨਿਕਾਲ ਦੀ, ਤਪਦਿਆਂ ਦਾ ਸੋਮਾ ਉਹ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ, ਢਾਲ ਬਣ ਕੇ ਸਾਡੀ ਰੱਖਿਆ ਕਰਨ ਵਾਸਤੇ ਅੱਗੇ ਖੜੇ ਹੁੰਦੇ ਆ। ਭਾਈ ਜੋਗਾ ਸਿੰਘ ਨੂੰ ਆਨੰਦਪੁਰ ਸਾਹਿਬ ਬੈਠਿਆਂ ਪਿਸ਼ਾਵਰ ਤੋਂ ਚੱਲ ਕੇ ਆਇਆ ਹੁਸ਼ਿਆਰਪੁਰ ਜਾ ਕੇ ਵੇਸਵਾ ਦੇ ਨਾਲ ਸੰਬੰਧ ਨਹੀਂ ਬਣ ਦਿੱਤਾ, ਅੱਗੇ ਜਾ ਕੇ ਚੌਂਕੀਦਾਰ ਬਣ ਕੇ ਖੜੇ ਹੋ ਗਏ। ਉਸ ਵੇਲੇ ਦਾ ਕਵਿਤ ਕਵੀ ਨੇ ਲਿਖਿਆ, ਜੇ ਅਸੀਂ ਗੁਰੂ ਦੇ ਬਣਾਂਗੇ ਗੁਰੂ ਸਾਨੂੰ ਜ਼ਰੂਰ ਕਿਰਪਾ ਕਰੇਗਾ। ਇਤਿਹਾਸ ਬੋਲਦਿਆਂ ਭੁੱਲ ਚੁੱਕ ਦੀ ਖੇਮਾ ਬੁਲਾਓ ਫਤਿਹ, ਸੰਗਤ ਨੂੰ ਬਹੁਤ ਵਾਰੀ ਮੈਂ ਬੇਨਤੀ ਕੀਤੀ, ਦੁੱਖ ਮਹਿਸੂਸ ਜ਼ਰੂਰ ਹੁੰਦਾ। ਆ ਪਰਸੋਂ ਚੌਥੇ ਅਸੀਂ ਰਸੂਲਪੁਰ ਇੱਕ ਭੋਗ 'ਤੇ ਗਏ, ਮੇਰੇ ਗੱਲ ਰਿਹਾ ਨਹੀਂ ਜਾਂਦਾ, ਕਹਿ ਦੇਣਾ ਭਾਵੇਂ ਕੋਈ ਦੁੱਖ ਮੰਨੇ, ਮੈਂ ਕਿਹਾ ਨਾ ਸੱਦਿਓ ਭਰਾਵੋ ਪਰ ਸੱਚ ਜ਼ਰੂਰ ਕਹਿ ਦੇਣਾ। ਉਹ ਬੀਬੀਆਂ ਉੱਥੋਂ ਦੀਆਂ ਖੜੀਆਂ ਹੋਈਆਂ ਅਰਦਾਸ ਹੋ ਰਹੀ ਸੀ, ਆਪਣੇ ਨਾਨਕਸਰ ਦੇ ਕਵੀ ਜੀ ਕਲਵੰਤ ਸਿੰਘ ਉੱਥੇ ਗ੍ਰੰਥੀ ਹੈ, ਅਰਦਾਸ ਕਰਦੇ ਪਏ ਸੀ। ਮੈਂ ਲੜਕੀ ਨੂੰ ਉਹਦੀ ਮਾਂ ਵੀ ਖੜੇ, ਉਹਦੇ ਭਰਾ ਵੀ ਖੜੇ, ਮੈਂ ਕਿਹਾ ਬੇਟਾ ਗੁੱਸਾ ਤਾਂ ਨਾ ਕਰੇਂਗੀ, ਪਰ ਕਰ ਤਾਂ ਲੈਂਦੇ, ਮੂੰਹ ਤਾਂ ਨਹੀਂ ਕਹਿੰਦਾ ਅਗਲਾ। ਬਾਬਾ ਜੀ ਤਾਂ ਬਾਹਰ ਆ ਗਏ, ਮੈਂ ਕਿਹਾ ਬੇਟਾ ਇੱਥੇ ਹੱਥ ਰੱਖਣਾ ਤਾਂ ਬਹੁਤ ਵੱਡਾ ਨਰਾਦਰ ਹੈ, ਇਹ ਤਾਂ ਗਾਲ ਹੈ। ਗੁਰੂ ਦਾ ਆਦਮ ਸਤਿਕਾਰ ਕੀ ਹੈ, ਇੱਥੇ ਹੱਥ ਰੱਖਣੇ ਆ। ਅਰਦਾਸ ਵੇਲੇ ਗੁਰੂ ਤੋਂ ਕੁਛ ਮੰਗਣਾ ਤਾਂ ਝੋਲੀ ਅੜਨੀ ਪਊਗੀ। ਤੇ ਮੈਂ ਦ੍ਰਿਸ਼ਟਾਂਤ ਸੁਣਾ ਦਿਆਂ, ਮਾਫ ਕਰਨਾ ਜੀ। ਬਾਬਾ ਈਸ਼ਰ ਸਿੰਘ ਜੀ ਦਿੱਲੀ, ਡਾਕਟਰ ਰਜਿੰਦਰ ਪ੍ਰਸਾਦ ਰਾਸ਼ਟਰਪਤੀ ਸੀ ਹਿੰਦੁਸਤਾਨ ਦਾ, ਤੇ ਉਸ ਵੇਲੇ ਤਾਰਾ ਚੜਿਆ ਹੋਇਆ ਸੀ ਬੋਦੀ ਵਾਲਾ, ਖੂਨ ਦਾ ਜੋਤਸ਼ੀਆਂ ਨੇ ਕਿਹਾ ਨਦੀਆਂ ਵਗਣਗੀਆਂ। ਬਹੁਤ ਉਦਾਸੀਨ ਹੋਇਆ, ਬਾਬਾ ਈਸ਼ਰ ਸਿੰਘ ਜੀ ਦੇ ਪਾਸ ਚਲਾ ਗਿਆ, ਬਿਰਲਾ ਮੰਦਿਰ 'ਚ ਦੀਵਾਨ ਲੱਗਾ ਹੋਇਆ ਸੀ। ਬਾਬਾ ਜੀ ਦੇਖ ਕੇ ਹੱਬ ਮੁਸਕਰਾਏ, ਕਹਿੰਦੇ ਹਿੰਦੁਸਤਾਨ ਦਾ ਹੋਵੇ ਮਾਲਕ ਬਾਦਸ਼ਾਹ, ਚਿਹਰੇ 'ਤੇ ਉਦਾਸੀ। ਕਹਿੰਦਾ ਸੱਚੇ ਪਾਤਸ਼ਾਹ, ਖੂਨ ਦੀਆਂ ਨਦੀਆਂ ਵਹਿਣਗੀਆਂ, ਪਬਲਿਕ ਦੀਆਂ ਮੈਂ ਬਾਦਸ਼ਾਹ ਕਹਦਾ, ਇਹ ਪਬਲਿਕ ਦੇ ਸਿਰ 'ਤੇ ਮੇਰਾ ਰਾਜ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨੇ ਮੋਸ ਗਰੀਬ ਕਰੋੜ ਪਰੇ। ਸਤਿਗੁਰੂ ਇਸ ਤਰ੍ਹਾਂ ਸਾਨੂੰ ਮਾਨਤਾ ਦਿੰਦੇ। ਬਾਬਾ ਜੀ ਕਹਿਣ ਲੱਗੇ, ਭਾਈ ਕੀ ਗੱਲ ਹੋ ਗਈ? ਕਹਿੰਦਾ ਜੀ, ਬਾਬੇ ਕਹਿੰਦੇ ਇੰਨੀਆਂ ਕੋਤਰੀਆਂ ਖੰਡ ਪਾਠਾਂ ਦੀ ਕਰਾਵਾਂਗੇ, ਚਾਰ ਪੰਜ ਪਾਣੀ ਦੇ ਫਲੱਡ ਵਗ ਜਾਣਗੇ, ਖੂਨ ਦੀ ਨਦੀ ਨਹੀਂ ਵਗੂਗੀ। ਉਹਦੇ ਬਾਬਾ ਈਸ਼ਰ ਸਿੰਘ ਜੀ ਹੱਥ ਵਿੱਚ ਮਾਲਾ ਸੀ, ਜੋ ਹਰ ਵੇਲੇ ਅਸੀਂ ਵੀ ਮਾਲਾ ਫੜਦੇ ਹਾਂ ਨਾ, ਗੱਲਾਂ ਕਰਦੇ ਘੁਮਾਈ ਜਾਂਦੇ, ਪਰ ਇਹ ਮਾਲਾ ਘੁਮਾਉਣ ਦਾ ਨਕਲ ਹੈ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੋਣਗੇ ਉਹਨਾਂ ਦੀ ਨਿਸ਼ਾਨੀ ਤੁਹਾਨੂੰ ਦੱਸ ਦਿੰਦਾ, ਤੁਹਾਡੇ ਨਾਲ ਵਚਨ ਕਰਦੇ ਰਹਿਣ, ਅੰਦਰੋਂ ਰੋਮਾਂ ਦੇ ਨਾਲ ਕਿਤੇ ਕੰਨ ਲਾ ਕੇ ਦੇਖ ਲਿਆ ਜੇ ਵਾਹਿਗੁਰੂ ਸ਼ਬਦ ਦਾ ਉਚਾਰਨ ਹੋਊਗਾ। 7 ਕਰੋੜ ਰੋਮ ਗੁਰਸਿੱਖ ਦੇ ਸਰੀਰ ਉੱਤੇ ਆ, ਇੱਕ ਵਾਰੀ ਵਾਹਿਗੁਰੂ ਕਵੇਗਾ 7 ਕਰੋੜ ਰੋਮ ਵਿੱਚੋਂ ਆਵਾਜ਼ ਆਵੇਗੀ ਵਾਹਿਗੁਰੂ ਸ਼ਬਦ ਦੀ। ਉਹ ਮਾਲਾ ਸਿਮਰਨਾ ਦੇਖ ਕੇ ਉਸਦਾ ਮਨ ਖੁਸ਼ ਹੋਇਆ, ਕਹਿੰਦਾ ਜੀ ਸਿਮਰਨਾ ਮੈਨੂੰ ਬਖਸ਼ ਦਿਓ। ਬਾਬਾ ਜੀ ਨੇ ਸੇਵਾਦਾਰਾਂ ਨੂੰ ਆਵਾਜ਼ ਮਾਰੀ, ਭਾਈ ਸਾਨੂੰ ਸਿਮਰਨਾ ਫੜਾ ਦਿਓ। ਕਹਿੰਦਾ ਜੀ ਉਹ ਨਹੀਂ ਮੈਂ ਲੈਣਾ, ਤੁਹਾਡੇ ਹੱਥ ਵਾਲਾ ਲੈਣਾ। ਜਿਹੋ ਜਿਹਾ ਕੋਈ ਪੜ੍ਹਿਆ ਲਿਖਿਆ ਗੁਣੀ ਗਿਆਨੀ ਵਿਦਵਾਨ ਉਹ ਸੰਗਤ ਕਰੂਗਾ, ਉਹਨੂੰ ਤਾਂ ਇਹ ਸੋਝੀ ਮਿਲਦੀ। ਤਾਂ ਸੰਗਤ ਨੂੰ ਮਾਈਆਂ ਭਾਈਆਂ ਨੂੰ ਦੱਸਣ ਲੱਗਾ, ਜੇ ਮਹਾਂਪੁਰਖਾਂ ਕੋਲ ਕੋਈ ਪ੍ਰਸ਼ਾਦ ਪਾਉਣਾ, ਝੋਲੀ 'ਚ ਕੋਈ ਰੁਪਈਆ ਪਾਉਣਾ, ਆਏ ਨਾ ਕਰ ਲਿਆ ਕਰੋ। ਬੀਬੀਆਂ ਦੇ ਕੋਲ ਚੁੰਨੀ ਤਾਂ ਹੁੰਦੀ ਹੈ ਨਾ, ਬੰਦੇ ਕੋਲ ਆਪਦਾ ਝੱਗਾ ਹੀ ਹੁੰਦਾ। ਇਹ ਉਸ ਰਾਸ਼ਟਰਪਤੀ ਦਾ ਡਾਕਟਰ ਰਜਿੰਦਰ ਪ੍ਰਸਾਦ ਦੀ ਗੱਲ ਸੁਣਾਉਣ ਲੱਗਾ, ਸੰਗਤ ਵਿੱਚ ਬਾਬਾ ਈਸ਼ਰ ਸਿੰਘ ਜੀ ਦਿਖਾ ਰਹੇ ਉਸ ਵੇਲੇ। ਉਹਨੂੰ ਸਿਮਰਨਾ ਆ ਗਿਆ, ਬਾਬਾ ਜੀ ਕਹਿੰਦੇ ਰਾਸ਼ਟਰਪਤੀ ਜੀ ਲਓ ਫੜੋ। ਉਸਦੇ ਧੋਤੀ ਬੰਨੀ ਹੋਈ ਸੀ, ਧੋਤੀ ਐਂ ਖਿਲਾਰ ਲਈ। ਕਹਿੰਦਾ ਜੀ ਪਾ ਦਿਓ। ਬਾਬੇ ਹੱਸ ਕੇ ਕਹਿੰਦੇ ਡਾਕਟਰ ਸਾਹਿਬ ਇੰਨਾ ਕੁ ਸਿਮਰਨਾ ਤੇ ਹੱਥ ਵਿੱਚ ਪਵਾ ਲਓ। ਇਹ ਭਾਵਨਾ ਉੱਥੇ ਪ੍ਰਗਟ ਹੋਈ ਜਿਹਨੇ ਸੰਗਤ ਕੀਤੀ ਹੋਵੇ, ਦੂਜੇ ਪਾਸੇ ਪੂਰੀ ਪ੍ਰਸ਼ਾਦ ਵੀ ਤੇ ਰੁਪਈਆ ਹੀ ਆ। ਕਹਿੰਦਾ ਸੱਚੇ ਪਾਤਸ਼ਾਹ ਜੇ ਰੱਬ ਅੱਗੇ ਬੁੱਕ ਕਰੀਏ, ਐਂ ਮੁਸਲਮਾਨ ਐਂ ਕਰਦੇ, ਇਹਨੂੰ ਅੰਜਲੀ ਕਹਿੰਦੇ ਆ। ਕਹਿੰਦੇ ਰੱਬ ਅੱਗੇ ਬੁੱਕ ਕਰੀਏ ਤਾਂ ਬੁੱਕ ਭਰ ਜਾਂਦਾ, ਰੱਬ ਅੱਗੇ ਪਰਨਾ ਐਂ ਕਰਕੇ ਕਰੀਏ ਤਾਂ ਪਰਨੇ ਦੀ ਝੋਲੀ ਭਰਦੀ ਆ। ਮੈਂ ਤਾਂ ਪੰਡ ਬਣ ਕੇ ਲਿਜਾਣੀ ਹਿੰਦੁਸਤਾਨ ਦਾ ਮਾਲਕ, ਮੈਂ ਸਿਮਰਨਾ ਨਹੀਂ ਲਿਜਾ ਰਿਹਾ, ਮੈਂ ਬਖਸ਼ ਦੀ ਪੰਡ ਲਿਜਾ ਰਿਹਾ।
ਬਾਬਾ ਜੀ ਕਹਿੰਦੇ ਭਾਈ ਦੇਖ ਲਓ ਇੱਕ ਢੰਗ ਹੈ ਤਾਂ ਸਿਮਰਨਾ ਹੀ, ਇਸਦੀ ਅੰਦਰਲੀ ਭਾਵਨਾ ਨੇ ਇਹਨੂੰ ਪੰਡ ਬੰਨ ਕੇ ਦੇਣੀ ਆ, ਅਸੀਂ ਇਸਦੇ ਜ਼ਿੰਮੇਵਾਰ ਬਣੇ ਹਾਂ। ਇਹ ਫਲੱਡ ਪਾਣੀ ਦੇ ਆਉਣਗੇ, ਖੂਨ ਦੀਆਂ ਨਦੀਆਂ ਨਹੀਂ ਵਹਿਣਗੀਆਂ, ਇਹ ਬਖਸ਼ਿਸ਼ ਲੈ ਗਿਆ। ਜੇ ਕਿਸੇ ਮਹਾਂਪੁਰ ਕੋਲ ਜਾਣਾ ਤਾਂ ਝੋਲੀ 'ਚ ਕੁਛ ਪਾਉਣਾ ਤਾਂ ਝੋਲੀ ਤਾਂ ਕਰ ਲਿਆ ਕਰੋ, ਬੁੱਕ ਕਰਕੇ ਕੀ ਫਾਇਦਾ। ਜੇ ਸੱਚ ਕਹੀਏ ਨਾ ਭਾਈ ਐਂ ਕਿਉਂ ਖੜੇ ਹੋ? ਕਹਿੰਦੇ ਬਾਬੇ ਨੂੰ ਕੀ ਆ, ਅਸੀਂ ਜਿਵੇਂ ਮਰਜ਼ੀ ਕਰੀਏ, ਕਿਉਂਕਿ ਸਾਨੂੰ ਕੋਈ ਦੱਸਦਾ ਨਹੀਂ, ਸਾਡੇ ਗ੍ਰੰਥੀ ਪਾਠੀਆਂ ਤੱਕ ਹੁੰਦਾ ਜੇ ਘਰ ਵਾਲੇ ਗੁੱਸੇ ਹੋ ਕੇ ਸਾਨੂੰ ਦੁਬਾਰਾ ਸੱਦਣਾ ਨਹੀਂ, ਅਤੇ ਮੈਨੂੰ ਕੋਈ ਨਾ ਸੱਦੇ, ਮੈਂ ਕਿਹੜਾ ਪੈਸੇ ਲੈਣੇ ਆ? ਮੇਰਾ ਇਹਨਾਂ ਪੈਸਿਆਂ ਨਾਲ ਕੋਈ ਤਾਲੁਕਾਤ ਨਹੀਂ, ਮੇਰਾ ਚੌਂਕੀਦਾਰਾ ਸਿਰ ਗੁਰੂ ਦਾ ਸੰਦੇਸ਼ਾ ਦੇਣ ਤੱਕ ਹੈ। ਜਿਹਨੂੰ ਚੰਗਾ ਲੱਗੂਗਾ ਆਪੇ ਸੱਦੂਗਾ, ਮਾੜਾ ਲੱਗੂ ਤਾਂ ਆਪਾਂ ਆਪਦੇ ਘਰੇ ਰੋਟੀਆਂ ਤਾਂ ਖਾਂਦੇ ਹੀ। ਇਸ ਵਾਸਤੇ ਚੰਗਾ ਬਚਨ ਮਹਾਂਪੁਰਖ ਕਹਿੰਦੇ ਪੱਲੇ ਬੰਨੋ, ਮਾਰਾ ਤਾਂ ਛੱਡ ਦਿਓ। ਜੇ ਚੰਗਾ ਬਚਨ ਅਸੀਂ ਪੱਲੇ ਬੰਨਾਂਗੇ ਫਿਰ ਕੀ ਮਿਲੂਗਾ? ਲੋਕ ਸੁਖੀ ਹੈ ਪਰਲੋਕ ਸਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।